ਬਿਸਮਿਲ੍ਲਾਹਿਰ ਰਹਿਮਾਨ ਰਹੀਮ ਅਸਲਾਮੁ ਅਲੈਕਮ ਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਭ ਖਰ ਉਫੀਤ ਨਾਲ ਹੋਵੋਗੇ ਲੋ ਜੀ ਸਵੇਰ ਸਵੇਰ ਨਮਾਜ਼ ਫਜਰ ਦੇ ਬਾਅਦ ਹਲਕੀ ਜੀ ਵਾਕ ਉਹਨਾਂ ਦੇ ਬਾਅਦ ਦਿਨ ਦਾ ਆਗਾਜ਼ ਮਾਸ਼ਾਅੱਲਾ ਜੀ ਵਰਦੀ ਅਸੀਂ ਲਈਏ ਚੇਂਜ ਕਰ ਤੇ ਹੁਣ ਚੱਲੇ ਆਂ ਅਸੀਂ ਆਪਣੇ ਕੰਮ ਕਰ ਸਾਡੀ ਡੇਲੀ ਦੀ ਕੀ ਵਰਕ ਰੁਟੀਨ ਹੈ ਤੁਹਾਨੂੰ ਸ਼ੇਅਰ ਕਰਦੇ ਹਾਂ ਜਨਾਬ ਤੁਹਾਨੂੰ ਸਬਜ਼ਾ ਨਜ਼ਰ ਆ ਰਿਹਾ ਅਸੀਂ ਆਏ ਆਂ ਚਾਰਾ ਕੱਟਣ ਵਾਸਤੇ ਪੱਠੇ ਵੱਢਣ ਵਾਸਤੇ ਲੋ ਜੀ ਜਨਾਬ ਥੋੜੀ ਦੇਰ ਲੱਗੀ ਤੇ ਅਸੀਂ ਜਨਾਬ ਪਾ ਦਿੱਤੇ ਨੇ ਲੰਮੇ ਪੱਠੇ ਸਾਰੇ ਦੇ ਸਾਰੇ ਹੁਣ ਚੱਲਦੇ ਆਂ ਵਾਪਸੀ ਹਵੇਲੀ ਤੇ ਜਾ ਕੇ ਤੁਹਾਨੂੰ ਸਵੇਰ ਦਾ 뷰 ਚੈੱਕ ਕਰਾਣੇ ਆਂ ਮਾਸ਼ਾਅੱਲ੍ਹੀ ਯਾਰਕਿਆਂ ਨੇ ਲਾਈ ਠੰਡੀ ਜੀ ਤਾਰੀ ਉਤੋਂ ਆ ਗਿਆ ਫੋਨ ਸਾਡੇ ਮਿੱਤਰ ਬੇਲੀ ਸਜਣ ਦਾ ਕੋਸਰ ਪਾਈ ਦਾ ਭਾਈ ਕੋਸਰ ਕਹਿੰਦਾ ਨੇ ਜੀ ਆ ਜਾਓ ਜਲਦੀ ਨਾਸ਼ਤਾ ਸਾਡੀ ਤਰਫੋਂ ਤੇ ਤੁਹਾਡੇ ਨਾਲ ਥੋੜੇ ਜੇ ਦੁੱਖ ਸੁੱਖ ਜਿਹੜੇ ਨੇ ਉਹ ਸਾਂਝੇ ਕਰਨੇ ਅਸੀਂ ਵੀ ਫਿਰ ਜਨਾਬ ਭਰਾ ਦੀ ਕਾਲ ਤੇ ਮਾਰੀ ਮੋਟਰਸਾਈਕਲ ਨੂੰ ਕਿੱਕ ਲਾਇਆ ਛਾਤਾ ਲਾ ਗੇਲ ਅਸੀਂ ਪਹੁੰਚ ਗਏ ਜਨਾਬ ਆਪਣੇ ਮਿੱਤਰ ਕੋਲ ਐ ਜੀ ਜਨਾਬ ਸਾਡਾ ਚਾਨਵਰਗਾ ਚਿਟਾ ਤੇ ਗੋੜਵਰਗਾ ਮਿੱਠਾ ਭਰਾਏ ਕੋ ਸਰ ਤੁਸੀਂ ਵੀ ਜਰਾ ਮਿੱਠਾ ਜ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਕਰ ਦਿਓ ਮਾਸ਼ਾਅੱਲਾ ਜੀ ਯਾਰਕਿਆਂ ਨੇ ਲਾਈਆਂ ਸਨ ਡਰੋਨ ਕਾ ਨਿੱਕੀ ਜੀ ਦੁਕਾਨ ਉੱਤੇ ਨਿੱਕਾ ਜ ਸੈਟਅਪ ਤੇ ਨਿੱਕਾ ਜ ਛਾਦੇ ਉੱਤੇ ਪੱਖਾ ਲੱਗਾ ਹੋਇਆ ਸੀ ਲੋ ਜੀ ਜਿਹੜਾ ਕੰਮ ਸੀ ਕੋਸਰ ਸਾਹਿਬ ਕੋਲੋਂ ਅਸੀਂ ਕੀਤਾ ਦੁੱਖ ਸ਼ੋਕ ਉਹਨਾਂ ਦੇ ਸੁਣੇ ਐ ਜਨਾਬ ਸਾਹਮਣੇ ਤੁਹਾਨੂੰ ਗ੍ਰਾਮਣੀ ਨਜ਼ਰ ਆ ਰਿਹਾ ਇਹ ਭਾਈ ਤੁਹਾਡੇ ਦਾ ਪੇਟ ਹੈਗਾ ਮੋਬਾਈਲ ਮੇਂ ਰੱਖਿਆ ਹੋਇਆ ਸੀ ਬਿਲਕੁਲ ਮੋਬਾਈਲ ਮੋਟਰਸਾਈਕਲ ਦੀ ਟੈਂਕੀ ਦੇ ਉੱਤੇ ਜਿੰਦੀ ਵਜ੍ਹਾ ਕੋਲੋਂ ਤੁਹਾਨੂੰ ਇਹ ਖੂਬਸੂਰਤ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ ਲੋ ਜੀ ਰਸਤੇ 'ਚ ਇੱਕ ਟicker ਦੇ ਮਿੱਤਰ ਮਾਸ਼ਾਅੱਲਾ ਜੀ ਯਾਰ ਕੇ 4 ਸਾਲ ਬਾਅਦ ਮਿਲੇ ਸਾਨੂੰ ਮੈਂ ਕਿਹਾ ਜੀ ਪੁਰਾਣੇ ਮਿੱਤਰ ਮਿਲੇ ਜੀ ਬਿਸਮਿਲ੍ਲਾ ਜੀ ਯਾਰ ਕਿਆਂ ਨੇ ਉਹਨਾਂ ਦੇ ਨਾਲ ਲਿਆ ਫਿਰ ਇੱਕ ਠੰਡਾ ਜਿਹਾ ਮਿੱਠਾ ਜਿਹਾ ਕਲਿੱਪ ਇਸੇ ਖੁਸ਼ੀ 'ਚ ਜਨਾਬ ਤੁਸੀਂ ਵੀ ਸਾਡੇ ਚੈਨਲ ਨੂੰ ਮਿੱਠਾ ਜਿਹਾ ਕਰ ਦਿਓ ਸਬਸਕ੍ਰਾਈਬ ਤੇ ਪੇਜ ਨੂੰ ਕਰ ਦਿਓ ਫਾਲੋ ਲੋ ਜੀ ਹਲਕੇ ਜਿਹਾ ਨਾਸ਼ਤੇ ਤੋਂ ਬਾਅਦ ਮਾਸ਼ਾਅੱਲਾ ਜੀ ਪੇਸ਼ੀ ਖidmat ਹੋਈ ਮਿੱਠੀ ਮਿੱਠੀ ਚਾ ਤੁਸੀਂ ਵੀ ਮਿੱਠਾ ਜਿਹਾ ਕਰ ਦਿਓ ਸਬਸਕ੍ਰਾਈਬ ਕੀਣੀ ਹੈ ਤੇ ਆ ਜਾਓ ਸਤ ਬਿਸਮਿਲ੍ਲਾ ਜਨਾਬ ਲੋ ਜੀ ਪਹਿਲਾ ਹੀ ਲਾਇਆ ਸਿੱਪ ਤੇ ਹੋ ਗਈ ਵਾਹ ਭਾਈ ਵਾਹ ਮਾਸ਼ਾਅੱਲਾ ਜੀ ਲੋ ਜੀ ਕੋਸਰ ਸਾਈ ਭਾਈ ਕੋਲੋਂ ਆਪਾਂ ਲੈ ਕੇ ਆਏ ਸਮ ਕਾਈ ਦਾ ਬੀਜ ਹੁਣ ਇਹ ਜਨਾਬ ਆਪਾਂ ਤਰੋੜਾ ਚੁੱਕਾਂਗੇ ਤੇ ਸੋਟਾਂਗੇ ਅੰਦਰ ਲੋ ਜੀ ਮਾਸ਼ਾਅੱਲਾ ਖੋਲ ਦਿੱਤਾ ਸੀ ਆਪਣੇ ਦਫ਼ਤਰ ਦਾ ਲੋਕ ਇਹਨੂੰ ਚੁੱਕ ਕੇ ਸੋੜ ਦਿੱਤਾ ਲਾ ਫੜ ਲੋ ਜੀ ਇੱਥੋਂ ਆਪਾਂ ਫਿਰ ਚੱਕਿਆ ਮਾਸ਼ਾਅੱਲਾ ਜੀ ਨਮਕ ਨਮਕ ਦੀ ਕੀਕ ਸੋਸੀਆ ਤੇ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆਂ ਲੋ ਜੀ ਬਾਲਟੀ ਚ ਅਸੀਂ ਰੱਖ ਲਿਆ ਪਾਈਪ ਇਹ ਦਰਅਸਲ ਅਸੀਂ ਯੂਜ਼ ਕਰ ਰਹੇ ਆਂ ਜਾਨਵਰਾਂ ਵਾਸਤੇ ਮੈਨੂੰ ਇੱਕ ਸਿਆਣੇ ਜੇ ਭਾਈ ਨੇ ਦੱਸਿਆ ਜਨਾਬ ਕਿ ਜਾਨਵਰਾਂ ਨੂੰ ਜਿਹੜਾ ਨਾ ਪਾਣੀ ਦੇ ਵਿੱਚ ਜਿਹੜਾ ਨਾ ਨਮਕ ਯੂਜ਼ ਕਰਵਾਇਆ ਕਰੋ ਜਿੰਦੇ ਵਾਸਤੇ ਜਿੰਦੀ ਵਜ੍ਹਾ ਕੋਲੋ ਜਾਨਵਰਾਂ ਦੀ ਜਿਹੜੀ ਅਫਜ਼ਾਇਸ਼ ਦੇ ਵਿੱਚ ਜਿਹੜਾ ਨਾ ਅਜ਼ਾਫਾ ਹੁੰਦਾ ਹੈ ਲੋ ਜੀ ਮਾਸ਼ਾਅੱਲਾ ਜੀ ਇੱਥੋਂ ਹੁੰਦੇ ਆਪਾਂ ਵਿਲੇ ਇਸ ਤੋਂ ਪਹਿਲੇ ਸਾਡਾ ਇੱਕ ਮਿੱਠਾ ਜਿਹਾ ਸ਼ਹਿਦ ਵਾਂਗੂ ਮਿੱਠਾ ਜਨਾਬ ਤੇ ਗੁੜ ਵਾਂਗੂ ਚਨਾਬ ਖਟਾ ਤੇ ਮਿੱਠਾ ਤੇ ਰਸ ਵਾਂਗੂ ਰਸੀਲਾ ਜਨਾਬ ਭਾਈ ਆ ਗਿਆ ਅਸਗਰ ਕਹਿੰਦਾ ਜੀ ਜਾਣਾ ਜੀ ਡੰਮਰ ਵਾਲੇ ਮੈਂ ਕਿਹਾ ਚਲੋ ਜਨਾਬ ਚੱਲਦੇ ਆਂ ਜੀ ਯਾਰਾਂ ਵਾਸਤੇ ਤੇ ਜਾਨਵੀ ਕੁਰਬਾਨ ਲੋ ਜੀ ਫਿਰ ਯਾਰਾਂ ਨੇ ਫਿਰ ਕੱਢ ਲਿਆ ਇੱਕ ਦਫਾ ਫਿਰ ਜਨਾਬ ਆਪਣਾ ਹੋਂਡਾ ਸੀ ਵੀ ਕੱਢਿਆ ਜਨਾਬ ਮੈਂ ਕਿਹਾ ਭਾਈ ਖੈਰ ਹੋਵੇ ਕੀ ਕਰਨ ਜਾਣਾ ਕਾਦੀ ਐਮਰਜੈਂਸੀ ਹੈ ਭਾਈ ਕਹਿੰਦਾ ਜੀ ਜਾਣਾ ਜੀ والدہ ਦੀ ਦਵਾਈ ਲੈ ਕੇ ਆਣੀ ਹੈ ਮੈਂ ਕਿਹਾ ਜੀ ਸਤ ਬਿਸਮਿਲਾ ਜ਼ਰੂਰ ਜਨਾਬ ਭਾਈਆਂ ਵਾਸਤੇ ਜਾਨ ਕੁਰਬਾਨ ਆਓ ਚਲਦੇ ਹਾਂ ਜੀ ਮੈਂ ਕਿਹਾ ਆਓ ਡਰਾਈਵਿੰਗ ਸੀਟ ਤੇ ਕਹਿੰਦਾ ਨਾ ਨਾ ਭਾਈ ਮੈਥੋਂ ਨਹੀਂ ਚੱਲਦੀ ਚਲਾਣੀ ਤੇ ਤੂੰ ਹੀ ਹੈ ਗਰਮੀ ਦੋਸਤੋ ਬੜੀ ਬਾਲੀ ਸੀ ਮੈਂ ਕਿਹਾ ਚਲੋ ਫਿਰ ਬੈਠੋ ਜਨਾਬ ਚਲਦੇ ਆ ਤੇ ਤੁਹਾਨੂੰ ਮਿਲਦੇ ਹੁਣ ਜਾ ਕੇ ਡਮਰ ਵਾਲੇ ਸ਼ਹਿਰ ਲਓ ਜੀ ਮਾਸ਼ਾਅੱਲਾ ਜੀ ਇਹ ਸਾਡਾ ਸੋਹਣਾ ਜਿਹਾ ਸ਼ਹਿਰ ਜੀ ਡਮਰ ਹਲਾ ਮਾਸ਼ੀ ਬਵਾ ਮੇਨ ਬਾਜ਼ਾਰ ਤੇ ਲੱਗੀਆਂ ਸਨ ਡਰੋਨਾਂ ਮਾਸ਼ਾਅੱੱਲਾ ਜੀ ਕਿਤੇ ਮੇਰੀ ਪੈ ਗਈ ਜੀ ਸਬਜ਼ੀ ਦੇ ਉੱਤੇ ਨਜ਼ਰ ਮੈਂ ਕਿਹਾ ਜੀ ਲੈਣੀ ਹੈ ਮਾਸ਼ਾਅੱਲਾ ਜੀ ਨਮਕੀਨ ਆਲੂ ਲੋ ਜੀ ਯਾਰਾਂ ਨੇ ਫਿਰ ਕਰਾਇ ਸਾਰੀਆਂ ਕਿਲੋ-ਕਿਲੋ ਸਬਜ਼ੀਆਂ ਦੇ ਆਈਟਮ ਮਾਸ਼ਾਅੱਲਾ ਜੀ ਭਾਈ ਨੇ ਵੀ ਰੇਟ ਚੱਕ ਕੇ ਰੱਖਿਆ ਸੀ ਮਾਸ਼ਾਅੱੱਲਾ ਜੀ ਹਕੂਮਤ ਨੂੰ ਸਲਾਮ ਜਿਨੇ ਐਡੇ ਮਹਿੰਗੇ ਕਰਤੇ ਸਾਰੀਆਂ ਚੀਜ਼ਾਂ ਤਾਂ ਕਿ ਗਰੀਬਾਂ ਵਾਸਤੇ ਹੋਵੇ ਆਸਾਨੀ ਲੋ ਜੀ ਮਾਸ਼ਾਅੱਲਾ ਜੀ ਫਿਰ ਯਾਰਕਿਆਂ ਨੂੰ ਪੁੱਛਿਆ ਜੀ ਯਾਰਾਂ ਨੇ ਕਿ ਕੀ ਖਾਣਾ ਪੀਣਾ ਮੈਂ ਕਿਹਾ ਜਨਾਬ ਤੁਹਾਡੀ ਮਰਜ਼ੀ ਜੋ ਮਰਜ਼ੀ ਖਵਾ ਦਿਓ ਫਿਰ ਤੁਹਾਨੂੰ ਪਤਾ ਮੁਫਤ ਦੀ ਸ਼ਰਾਬ ਤੇ ਜਿਹੜੀ ਉਹ ਕਾਜ਼ੀ ਬਨੇ ਛੱਡੀ ਲੋ ਜੀ ਥੋੜੀ ਜੀ ਤਖੀਰ ਦੇ ਬਾਅਦ ਜਨਾਬ ਇਹ ਪੇਸ਼ੇ ਖidmat ਹੋਇਆ ਜਨਾਬ ਸਾਨੂੰ ਠੰਡਾ ਠੰਡਾ ਰਸੀਲਰ ਸੀਲਾ ਤੇ ਮਿੱਠਾ ਮਿੱਠਾ ਜਨਾਬ ਬਣਾਣਾ ਸ਼ੇਕ ਲੋ ਜੀ ਮੁੰਡਾ ਲੈ ਕੇ ਆ ਗਿਆ ਜੀ ਪੀਣਾ ਤੇ ਆਜੋ ਮਾਸ਼ਾਅੱਲਾ ਜੀ ਮਾਸ਼ਾਅੱਲਾ ਕੀ ਆ ਨਜ਼ਾਰੇ ਪੀਣਾ ਤੇ ਜਨਾਬ ਸਤ ਬਿਸਮਿਲ੍ਲਾ ਨਹੀਂ ਤੇ ਫਿਰ ਜਨਾਬ ਅਸੀ ਤੇ ਹੈ ਹੀ ਆ ਫਿਰ ਯਾਰਾਂ ਨੇ ਘਟ ਗਿਆ ਫਿਰ ਯਾਰ ਕੀ ਆ ਇੱਕ ਘਰ ਘਰ ਆ ਕੇ ਵਖਿਆ ਜਨਾਬ ਮਹਵੇਲੀ ਦੇ ਦੇਰੇ ਦੇ ਵਿੱਚ ਲੱਗੀ ਹੋਈ ਸੀ ਮਹਿਫਲ ਜਨਾਬ ਯਾਰ ਸੌਟਰੇ ਸੰ ਪੱਤੇ ਫਿਰ ਪੁਰਾਣੇ ਯਾਰ ਹੋਏ ਇਕੱਠੇ ਮੈਂ ਕਿਹਾ ਗੱਲ ਨਹੀਂ ਬਣਦੀ ਇਹ ਸੁੱਟੀਆਂ ਨਾ ਚਾਰ ਪੱਤੇ ਲੋ ਜੀ ਫਿਰ ਕੀ ਹੋਣਾ ਸੀ ਵੀ ਯਾਰਾਂ ਨੇ ਫਿਰ ਚਾਰ ਕੇ ਲਾਈਆਂ ਵਾਰੀਆਂ ਉਤੋਂ ਹੋ ਗਿਆ ਕੰਮ ਦਾ ਟਾਈਮ ਯਾਰਾਂ ਨੇ ਫਿਰ ਕੰਮ ਨਿਬੜਿਆ ਫਿਰ ਹੋ ਗਿਆ ਜੀ ਸ਼ਾਮ ਦਾ ਟਾਈਮ ਆ ਜੀ ਸਾਡੇ ਪਿੰਡ ਦੀ ਖੂਬਸੂਰਤ ਸ਼ਾਮ ਮਾਸ਼ਾਅੱਲਾ ਜੀ ਤੁਸੀਂ ਵੀ ਸ਼ਾਮ ਨੂੰ ਮਦਦ ਨਜ਼ਰ ਰੱਖਦੇ ਹੋ ਜਾਂ ਕਰਦੇ ਹੋ ਜੀ ਪੇਜ ਨੂੰ ਫਾਲੋ ਤੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਓਕੇ ਲਾਫੇਜ਼